ਡਾਕਟਰ ਮਨਦੀਪ ਕੌਰ ਰਾਏ ਦੀ ਕਹਾਣੀ ਹੈ ਜੜ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਸਰਜੀਤ ਕੌਰ ਆਪਣੀ ਵਾਰੀ ਆ ਜਾਣ ਤੇ ਵੀ ਮੇਰੀ ਕੈਬਨ ਦੇ ਅੰਦਰ ਨਹੀਂ ਸੀ ਆਈ ਉਹਦੇ ਮਗਰੋਂ ਤਿੰਨ ਚਾਰ ਹੀ ਤਾਂ ਹੋਰ ਮਰੀਜ਼ ਸਨ ਅੱਜ ਫੇਰ ਉਹਦਾ ਉਹਨਾਂ ਮਰੀਜ਼ਾਂ ਨੂੰ ਉਹੀ ਬਹਾਨਾ ਤੁਸੀਂ ਲੈ ਲਓ ਪਹਿਲਾਂ ਦਵਾਈ ਮੈਂ ਤਾਂ ਕਿਸੇ ਨੂੰ ਦੇਖਦੀ ਆ ਕੋ ਜਦ ਵੀ ਆਉਂਦੀ ਮੇਰਾ ਸਭ ਤੋਂ ਅਖੀਰਲਾ ਮਰੀਜ਼ ਉਹੀ ਹੁੰਦੀ ਹੈ ਇਦਾ ਕਾਰਨ ਇਹ ਸੀ ਕਿ ਉਹਦੇ ਕੋਲ ਆਪਣੀ ਬਿਮਾਰੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਭਾਰ ਹੁੰਦਾ ਜੋ ਉਹਨੇ ਮੇਰੇ ਨਾਲ ਸਾਂਝੀਆਂ ਕਰਕੇ ਆਪਣੇ ਮਨ ਦਾ ਬੋਝ ਹਲਕਾ ਕਰਨਾ ਹੁੰਦਾ ਪਿਛਲੇ 4 ਮਹੀਨਿਆਂ ਤੋਂ ਉਹਦਾ ਇਹ ਰੂਟੀਨ ਸੀ ਹਰ ਹਫਤੇ ਜਾਂ 15 ਦਿਨ ਮੰਗਰੂ ਉਹਨੇ ਆਉਣਾ ਹੀ ਹੁੰਦਾ ਸੀ ਪਰ ਜਦ ਵੀ ਆਉਂਦੀ ਆਪਣੇ ਮਨ ਦਾ ਭਾਰ ਜ਼ਰੂਰ ਹਲਕਾ ਕਰ ਜਾਂਦੀ ਪਰ ਮੇਰੇ ਮਨ ਦਾ ਬੋਝ ਵਧਾ ਜਾਂਦੀ ਜਿਹੜਾ ਸਵਾਲ ਉਹ ਮੇਰੇ ਲਈ ਛੱਡ ਜਾਂਦੀ ਸੀ ਮੈਂ ਕਈ ਦਿਨ ਆਪਣੇ ਮਨ ਅੰਦਰ ਉਸ ਸਵਾਲ ਦੇ ਜਵਾਬ ਨਾਲ ਘੁੱਲਦੀ ਰਹਿੰਦੀ। ਇਹ ਪਹਿਲੀ ਵਾਰ ਸੀ ਕਿ ਮੈਨੂੰ ਕਿਸੇ ਮਰੀਜ਼ ਦਾ ਸਾਹਮਣਾ ਕਰਨਾ ਔਖਾ ਲੱਗਣ ਲੱਗ ਗਿਆ ਸੀ। ਅੰਦਰੋਂ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਕਲੀਨਿਕ ਤੇ ਫੇਰ ਨਾ ਆਇਆ ਕਰੇ। ਪਰ ਕੁਝ ਰਿਸ਼ਤੇਦਾਰੀ ਦਾ ਲਿਹਾਜ਼ ਤੇ ਕੁਝ ਉਹਦੀ ਮਾਨਸਿਕ ਹਾਲਤ ਨੂੰ ਵੇਖਦਿਆਂ ਮੈਂ ਕਦੀ ਆਪਣੀ ਬੇਰੁਖੀ ਉਸ ਦੇ ਅੱਗੇ ਜ਼ਾਹਰ ਨਹੀਂ ਸੀ ਹੋਣ ਦਿੱਤੀ। ਅੱਜ ਫੇਰ ਤੋਂ ਆਪਣੀ ਬਿਮਾਰੀ ਬਾਰੇ ਸੰਖੇਪ ਜਿਹਾ ਦੱਸ ਕੇ ਦਵਾਈ ਲਿਖਾ ਕੇ ਉਨੇ ਉਹੀ ਸਵਾਲ ਦਾਗ ਦਿੱਤਾ ਜੋ ਮੈਨੂੰ ਬੇਚੈਨ ਕਰਦਾ ਰਹਿੰਦਾ ਸੀ ਤੂੰ ਗੱਲ ਕੀਤੀ ਸੀ ਉਹਦੇ ਨਾਲ ਰਿਸ਼ਤੇ 'ਚ ਮੇਰੀ ਦੂਰ ਦੀ ਘਪੂਆ ਦੀ ਨੰਨਦ ਹੋਣ ਦੇ ਨਾਤੇ ਮੈਂ ਅਕਸਰ ਉਹਨੂੰ ਭੂਆ ਜੀ ਕਹਿੰਦੀ ਸੀ ਤੇ ਉਹ ਮੇਰਾ ਨਾਮ ਲੈ ਕੇ ਬੁਲਾਉਂਦੀ ਸੀ ਮੈਨੂੰ ਨਹੀਂ ਭੂਆ ਜੀ ਕਈ ਦਿਨ ਹੋ ਗਏ ਉਹ ਆਈ ਨਹੀਂ ਦਵਾਈ ਲੈਣ ਮੈਂ ਹਰ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਪਹਾਨੇ ਨਾਲ ਇਸ वार्तालाਪ ਨੂੰ ਟਾਲ ਦੇਣਾ ਚਾਹੁੰਦੀ ਸੀ ਮੇਰੀ ਬੀਬੀ ਦੀ ਜੇ ਉਹ ਆਈ ਤਾਂ ਇੱਕ ਵਾਰ ਜ਼ਰੂਰ ਗੱਲ ਕਰੇ ਫਿਰ ਮੈਨੂੰ ਦੱਸੇ ਕਿ ਕੀ ਆਖਦੀ ਏ ਉਹਨੇ ਤਰਲਾ ਕਰਨ ਵਾਂਗ ਆਖਿਆ ਮੇਰਾ ਕਲੀਨਿਕ ਬੰਦ ਕਰਨ ਦਾ ਸਮਾਂ ਹੋ ਗਿਆ ਸੀ ਸਟਾਫ ਨੂੰ ਕਲੀਨਿਕ ਬੰਦ ਕਰਨ ਦੀ ਤਿਆਰੀ ਕਰਦਿਆਂ ਵੇਖ ਉਹਦੇ ਕੋਲ ਰੁਕਣ ਦਾ ਕੋਈ ਬਹਾਨਾ ਨਹੀਂ ਸੀ ਰਿਹਾ ਤੇ ਉਹਨੂੰ ਜਾਣਾ ਪਿਆ ਪਰ ਕਲੀਨਿਕ ਤੋਂ ਘਰ ਤੱਕ ਦੇ ਸਫ਼ਰ ਦੌਰਾਨ ਫਿਰ ਉਹਦਾ ਸਵਾਲ ਕਿਸੇ ਬੋਝ ਦੀ ਤਰ੍ਹਾਂ ਮੇਰੇ ਮਨ ਤੇ ਹਾਵੀ ਹੋਇਆ ਰਿਹਾ ਅੱਜ ਤੋਂ ਕੋਈ 7 ਮਹੀਨੇ ਪਹਿਲਾਂ ਉਦੀ ਲਾਡਾਂ ਨਾਲ ਪਾਲੀ ਇੱਕੋ ਇੱਕ ਧੀ ਨੇ ਇਸੇ ਪਿੰਡ ਜਿੱਥੇ ਮੇਰਾ ਕਲੀਨਿਕ ਸੀ ਦੇ ਆਮ ਸਧਾਰਨ ਘਰ ਦੇ ਮੁੰਡੇ ਨਾਲ ਘਰਦਿਆਂ ਤੋਂ ਚੋਰੀ ਪ੍ਰੇਮ ਵਿਆਹ ਕਰਾ ਲਿਆ ਸੀ ਉਹਦਾ ਆਪਣਾ ਪਿੰਡ ਇਸ ਪਿੰਡ ਤੋਂ 13 ਕਿਲੋਮੀਟਰ ਦੀ ਦੂਰੀ ਤੇ ਸੀ ਮੁੰਡਾ ਸੀ ਤਾਂ ਭਾਵੇਂ ਜੱਟਾਂ ਜ਼ਿੰਮੇਦਾਰਾਂ ਦਾ ਪਰ ਦੋਵਾਂ ਖਾਨਦਾਨਾਂ 'ਚ ਜ਼ਮੀਨ ਜਾਇਦਾਦ ਪੱਖੋਂ ਬਹੁਤ ਵੱਡਾ ਪਾੜਾ ਸੀ ਉੱਥੋਂ ਮੁੰਡਾ ਬਸ میٹرਕ ਪਾਸ ਸੀ ਤੇ ਲੜਕੀ ਬੀਐਸਸੀ ਫਾਈਨਲ ਕਰ ਰਹੀ ਸੀ ਅਕਸਰ ਉਹ ਵੀ ਉਸੇ ਬਸਟ ਪੜਨ ਜਾਇਆ ਕਰਦੀ ਸੀ ਜਿਸ ਤੇ ਉਹ ਮੁੰਡਾ ਇੱਕ ਕਰਾਏ ਦੀ ਦੁਕਾਨ ਤੇ ਇੱਕ ਮੋਟਰਸਾਈਕਲ ਦੇ ਮਕੈਨਿਕ ਦੇ ਤੌਰ ਤੇ ਕੰਮ ਕਰਨ ਜਾਇਆ ਕਰਦਾ ਸੀ surjit कौर ਵੱਡੇ ਜ਼ਿਮੀਂਦਾਰਾਂ ਦੀ ਛੋਟੀ ਨੂੰ ਸੀ ਹੱਥਾਂ ਦੀ ਸਚਿਆਰੀ ਤੇ ਨਿਮਰ ਸੁਭਾਅ ਦੀ ਹੋਣ ਦੇ ਬਾਵਜੂਦ ਵੀ ਆਪਣੇ ਸਾंवਲੇ ਰੰਗ ਤੇ ਸੁਧਾਰਨ ਨੈਣ ਨਕਸ਼ਾ ਕਰਨ ਸੋਹਰੇ ਪਰਿਵਾਰ ਚੋਂ ਮਾਣ ਤਾਣ ਨਾ ਹਾਸਲ ਕਰ ਪਾਈ ਜੋ ਉਹਦੇ ਗੋਰੇ ਗੁਲਾਬੀ ਰੰਗ ਦੀ ਤੇਸਰਾਰ ਜਠਾਣੀ ਨੂੰ ਮਿਲਦਾ ਸੀ ਸਾਂਝੇ ਘਰ ਚ ਦੋ ਧੀਆਂ ਤੇ ਇੱਕ ਪੁੱਤਰ ਦੀ ਮਾਂ ਜੇਠਾਣੀ ਸ਼ੁਰੂ ਤੋਂ ਹੀ ਕੰਮ ਨੂੰ ਹੱਥ ਲਾ ਕੇ ਰਾਜ਼ੀ ਨਹੀਂ ਸੀ ਉਹ ਆਪਣੇ ਹੁਸਨ ਦੇ ਸਿਰ ਤੇ ਰਾਜ ਕਰਦੀ ਸੀ ਇਸ ਲਈ ਸਾਰੇ ਘਰ ਦੇ ਕੰਮ ਦਾ ਬੋਝ ਪਤਾ ਨਹੀਂ ਉਹਨੇ ਵਿਆਹੀ ਆਈ surjit kaur ਦੇ ਸਿਰ ਪਾਤਾ ਸੀ ਜਾਂ ਫਿਰ ਇਹਨੇ ਖੁਦ ਹੀ ਆਪਣੇ ਰੂਪ ਦੇ ਕੱਜ ਨੂੰ ਲੁਕਾਉਣ ਲਈ ਆਪਣੇ ਸਿਰ ਲੈ ਲਿਆ ਸੀ ਉਹਦਾ ਪਤੀ ਗੁਰਦੇਵ ਸਿੰਘ ਵੀ ਅਕਸਰ ਆਪਣੀ ਭਾਬੀ ਦੀ ਗੁੰਗਾਨ ਕਰਦਾ ਰਹਿੰਦਾ ਸੀ ਉਹਦੇ ਦੱਸਣ ਅਨੁਸਾਰ ਜਦ ਵਿਆਹ ਤੋਂ ਡੇਢ ਸਾਲ ਬਾਅਦ ਉਹਨੂੰ ਆਪਣੇ ਗਰਭਵਤੀ ਹੋ ਜਾਣ ਬਾਰੇ ਪਤਾ ਲੱਗਾ ਸੀ ਤੁਹਾਨੂੰ ਪਹਿਲੀ ਵਾਰ ਇਸ ਘਰ ਚ ਆਪਣੀ ਜੜ ਲੱਗਦੀ ਮਹਿਸੂਸ ਹੋਈ ਸੀ ਜਦੋਂ ਉਹਦੀ ਸੱਸ ਨੇ ਕਿਹਾ ਸੀ ਕਿ ਇਹ ਹੁਣ ਤੋਂ ਭਾਰੀ ਬਾਲਟੀ ਨਹੀਂ ਚੁੱਕਣੀ ਤੇ ਪਰੰਪਰਾਵਾਰ ਬੈ ਕੇ ਭਾਂਡੇ ਨਹੀਂ ਮਾਂਜਣੇ ਤਾਂ surjeet Kaur ਮਾਨੀ ਮਨ ਹੋਣ ਵਾਲੇ ਬੱਚੇ ਦੀ ਧੰਨਵਾਦੀ ਹੋਈ ਸੀ ਪਹਿਲੀ ਵਾਰ ਉਹਨੂੰ ਗੁਰਦੇਵ ਸਿੰਘ ਤੇ ਉਹਦੇ ਘਰਬਾਰ ਆਪਣਾ ਆਪਣਾ ਲੱਗਿਆ ਸੀ ਗੁਰਦੁਆਰੇ ਜਾ ਕੇ ਉਹਨੇ ਸ਼ੁਕਰਾਨੇ ਵਜੋਂ ਦੇ ਕਰਵਾਈ ਸੀ ਉਹਦੇ ਮੂੰਹੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੈਂ ਅਕਸਰ ਸੋਚਿਆ ਕਰਦੀ ਸੀ ਕਿ ਵੀ ਸਾਡੇ ਸਮਾਜ ਦੀ ਤਰਸਤੀ ਹੈ ਕਿ ਪੜ੍ਹ ਲਿਖ ਨਾ ਸਕਣ ਵਾਲੀਆਂ ਔਰਤਾਂ ਦਾ ਆਪਣਾ ਕੋਈ ਅਸਤਿਤਵ ਹੀ ਨਹੀਂ ਸੋਹਰੇ ਘਰ ਚ ਤਦ ਤੱਕ ਉਹਨੂੰ ਪਰਾਈ ਸਮਝਿਆ ਜਾਂਦਾ ਜਦ ਤੱਕ ਉਹ ਉਸ ਦੇ ਘਰ ਨੂੰ ਉਹਦਾ ਵਾਰਸ ਨਾ ਦੇ ਪਾਏ ਉਹਦੇ ਬਾਅਦ ਵੀ ਉਹਦੀ ਪਛਾਣ ਉਸ ਵਾਰਸ ਦੀ ਮਾਂ ਵਜੋਂ ਹੀ ਹੁੰਦੀ ਹੈ ਤੇ ਸੁਰਜੀਤ ਕੌਰ ਵਰਗੀ ਭੋਲੀ ਔਰਤ اپنی ਅਜਈ ਹੋਣੀ ਨੂੰ ਬਿਨਾਂ ਕਿਸੇ ਬਗਾਵਤ ਦੇ ਸਹਿਜ ਮਨ ਨਾਲ ਸਵੀਕਾਰ ਕਰ ਲੈਂਦੀ ਹੈ ਆਪਣੇ ਨਵ ਜੰਮੇ ਪੁੱਤਰ ਨੂੰ ਗੋਦੀ 'ਚ ਲੈ ਕੇ ਗੁਰਦੇਵ ਸਿੰਘ ਨੇ ਖੁਸ਼ੀ ਦੇ ਲੋਰ ਵਿੱਚ 500 ਦਾ ਨੋਟ ਬੱਚੇ ਦੇ ਸਿਰ ਉਤੋਂ ਦੀ ਵਾਰ ਕੇ ਦਾਈ ਦੇ ਹੱਥ ਪੜਾਇਆ ਤਾਂ surjit ਕਰਨ ਨੂੰ ਲੱਗਿਆ ਕਿ ਉਹਦੇ ਜੀਵਨ ਦਾ ਬੂਟਾ ਹੁਣ ਹਰਿਆ ਭਰਿਆ ਹੋ ਗਿਆ ਹੈ 2 ਸਾਲ ਬਾਅਦ ਜਨਮੀ ਰਮਨ ਦਾ ਵੀ ਪਰਿਵਾਰ ਵਾਲਿਆਂ ਨੇ ਬਹੁਤ ਚਾਹ ਕੀਤਾ ਸੀ ਇਸ ਤਰ੍ਹਾਂ ਸਾਂਝੇ ਪਰਿਵਾਰ ਦਾ ਸਾਂਝਾ ਚੁੱਲ੍ਹਾ ਬਲਦਾ ਰਿਹਾ ਬਾਕੀ ਸਭ ਕੁਝ ਠੀਕ ਸੀ ਪਰ ਚੁਸਤ ਚਲਾਕ ਜੇਠਾਣੀ ਕਦੀ ਵੀ surjeet Kaur ਤੇ ਉਹਦੇ ਬੱਚਿਆਂ ਦੀ ਛੋਟੀ ਮੋਟੀ ਗਲਤੀ ਤੇ ਬਖੇੜਾ ਖੜਾ ਕਰਨ ਦਾ ਕੋਈ ਮੌਕਾ ਵੀ ਹੱਥੋਂ ਨਾ ਜਾਣ ਦਿੰਦੀ। ਮਾਂ ਵਾਂਗੂ ਦੋਵੇਂ ਬੱਚੇ ਵੀ ਅਕਸਰ ਤਾਈ ਦੇ ਝਿੜਕੇ ਦਾ ਗੁੱਸਾ ਅੰਦਰੋਂ ਅੰਦਰ ਹੀ ਪੀ ਜਾਣ ਦੀ ਆਦੀ ਹੋ ਗਏ। ਜੇਠਾਣੀ ਦੇ ਵੱਡੇ ਪੁੱਤਰ ਦੇ ਕੈਨੇਡਾ ਚਲੇ ਜਾਣ ਤੋਂ ਬਾਅਦ ਦੋਵੇਂ ਧੀਆਂ ਦੇ ਰਿਸ਼ਤੇ ਚੰਗੇ ਅਮਰੀਕਰਾਂਚ ਹੋ ਗਏ। ਇੱਕ ਦਾ ਵੱਡੇ ਸ਼ਹਿਰ ਵਿੱਚ ਤੇ ਦੂਜੀ ਦਾ ਬਾਰਲੇ ਮੁਲਕ ਗਏ ਹੋਏ ਮੁੰਡੇ ਨਾਲ ਦੋਵਾਂ ਧੀਆ ਦੇ ਵਿਆਹ ਤੇ ਖੁੱਲਾ ਖਰਚਾ ਕੀਤਾ ਗਿਆ ਦਾਜ ਵਿੱਚ ਹੋਰ ਚੀਜ਼ਾਂ ਦੇ ਨਾਲ-ਨਾਲ ਦੋਵਾਂ ਨੂੰ ਗੱਡੀਆਂ ਵੀ ਦਿੱਤੀਆਂ ਗਈਆਂ ਰਮਨ ਵੀ ਆਪਣੀ ਮਾਂ ਵਾਂਗੀ ਸਾंवਲੇ ਰੰਗ ਦੀ ਸੀ ਪਰਤਾਈ ਦੀਆਂ ਧੀਆ ਦੀ ਰੀਸੇ ਵੰਡ ਣ ਕੇ ਰਹਿਣ ਦੀ ਸ਼ੌਕੀਨ ਸੀ ਸੁਰਜੀਤ ਕੌਰ ਯਾਦ ਕਰਦੀ ਕਿ ਕਿਵੇਂ ਵੱਡੀ ਭੈਣ ਦੇ ਸ਼ਗਨ ਤੇ ਜਿਹੜੀ ਮਹਿੰਗੀ ਤੇ ਸਿਲਮ ਸਤਾਰਿਆਂ ਵਾਲੀ ਚੁੰਨੀ ਉਹਦੇ ਸਹੁਰਿਆਂ ਨੇ ਦਿੱਤੀ ਸੀ ਰਮਨ ਵੀ ਜ਼ਿੱਦ ਕਰਕੇ ਉਹ ਜੀ ਚੁੰਨੀ ਤਹਿਸੀਲ ਬਾਜ਼ਾਰ ਚੋਂ ਖਰੀਦ ਕੇ ਲਿਆਈ ਸੀ ਸੰਧੂਰੀ ਰੰਗੀ ਉਸ ਚੁੰਨੀ ਦੇ ਕਿਨਾਰੇ ਗੋਟੇ ਦੀ ਚਾਲਰ ਵਿਚਕਾਰ ਗੋਟਾ ਪੱਤੀ ਦੀ ਕਢਾਈ ਤੇ ਵਿੱਚ ਵਿੱਚ ਸਤਾਰਿਆਂ ਦੀ ਜੜਤ ਸੀ ਮੱਖਣ ਵਰਗੇ ਰੰਗ ਵਾਲੀ ਉਹਦੇ ਤਾਈ ਦੀ ਧੀ ਦੇ ਸਿਰ ਤੇ ਜਿਉਂ ਹੀ ਉਹ ਚੁੰਨੀ ਦਿੱਤੀ ਗਈ ਤਾਂ ਉਹਦਾ ਰੰਗ ਵੀ ਸੰਧੂਰੀ ਭਾ ਮਾਰਨ ਲੱਗ ਗਿਆ ਸੀ ਬਸ ਉਸੇ ਦਿਨ ਤੋਂ ਰਮਨ ਨੇ ਉਹਦੇ ਨਾਲ ਦੀ ਚੁੰਨੀ ਖਰੀਦਣ ਦੀ ਜ਼ਿੱਦ ਫੜ ਲਈ ਸੀ ਸੁਰਜੀਤ ਕੌਰ ਨੇ ਰਮਨ ਨੂੰ ਬੜਾ ਸਮਝਾਇਆ ਸੀ ਕੁਆਰੀਆਂ ਕੁੜੀਆਂ ਇੰਨੀ ਭਾਰੀ ਚੁੰਨੀ ਨਹੀਂ ਲੈਂਦੀਆਂ ਹੁੰਦੀਆਂ ਨਾਲੇ ਤੇਰੀ ਤਾਈ ਗੁੱਸਾ ਕਰੂਗੀ ਕਹੂਗੀ ਕਿ ਮੇਰੀ ਕੁੜੀ ਦੀ ਰੀਸ ਕਰਦੀ ਹੈ ਰਮਨ ਦੀ ਇਹ ਜ਼ਿੱਦ ਮਾਂ ਵੱਲੋਂ ਇਸ ਸ਼ਰਤ ਤੇ ਪੂਰੀ ਕੀਤੀ ਗਈ ਕਿ ਉਹ ਇਹ ਚੁੰਨੀ ਆਪਣੇ ਵਿਆਹ ਤੋਂ ਪਹਿਲਾਂ ਆਪਣੇ ਸਿਰ ਤੇ ਨਹੀਂ ਲਾਏਗੀ ਉਹ ਚੁੰਨੀ ਉਹਦੇ ਦਾਜ ਵਾਲੇ ਅਟੈਚੀ 'ਚ ਰੱਖਣ ਲਈ ਲੈ ਲਈ ਗਈ ਕਈ ਵਾਰ ਚੋਰੀ-ਚੋਰੀ ਰਮਨ ਉਸ ਚੁੰਨੀ ਨੂੰ ਲੈ ਕੇ ਸ਼ੀਸ਼ੇ 'ਚ ਦੇਖਦੀ ਤੇ ਫਿਰ ਸ਼ਰਮਾ ਕੇ ਤਹਿ ਲਾ ਕੇ ਮਾਂ ਦੀ ਅਲਮਾਰੀ 'ਚ ਰੱਖ ਦਿੰਦੀ ਸੁਰਜੀਤ ਕੌਰ ਨੂੰ ਵੇਖ ਕੇ ਵੀ ਹੱਸ ਕੇ ਕਹਿੰਦੇ ਆਣ ਗੋਲਿਆਂ ਕਰ ਛੱਡਦੀ ਕਿ ਕੱਚੀਆਂ ਕੁਆਰੀਆਂ ਰਿਜਾਂ ਇਦਾਂ ਦੀਆਂ ਹੀ ਤੇ ਹੁੰਦੀਆਂ ਬੀਐਸਸੀ ਕਰਦਿਆਂ ਬਸ ਤੇ ਸਫ਼ਰ ਦੌਰਾਨ ਇੱਕ ਮੁੰਡੇ ਨਾਲ ਰਮਨ ਦੀ ਸਾਂਝ ਬਾਰੇ ਉਹਦੀ ਇੱਕ ਸਹੇਲੀ ਨੇ ਘਰ ਆ ਕੇ ਸੁਰਜੀਤ ਕੌਰ ਨੂੰ ਦੱਸਿਆ ਉਹਨੂੰ ਲੱਗਿਆ ਸੀ ਜਿਵੇਂ ਉਹਦੇ ਸਿਰ ਕਿਸੇ ਨੇ 100 ਘੜਾ ਪਾਣੀ ਦਾ ਪਾਤਾ ਹੋਵੇ ਘਬਰਾਈ ਹੋਈ ਸਰਜੀਤ ਕੌਰ ਨੇ ਰਮਨ ਨੂੰ ਅੰਦਰ ਵੜ ਕੇ ਕਿੰਨਾ ਸਮਝਾਇਆ ਸੀ ਪਿਓ ਤੇ ਭਰਾ ਦੀ ਇੱਜ਼ਤ ਦਾ ਵਾਸਤਾ ਪਾ ਕੇ ਰਮਨ ਨੂੰ ਮੂੰਹ ਤੇ ਚੁੱਪ ਦਾ ਜਿੰਦਰਾ ਲਗਾ ਲੈਣ ਦਾ ਤਰਲਾ ਕੀਤਾ ਸੀ ਸਰਜੀਤ ਕੌਰ ਦੇ ਦੱਸਣ ਅਨੁਸਾਰ ਪਰ ਉਹ ਚੰਦਰੀ ਪਤਾ ਨਹੀਂ ਕਿਉਂ ਇੰਨੀ ਨਰਮੋਈ ਹੋ ਗਈ ਸੀ ਕਿ ਇੱਕ ਦਿਨ ਘਰੋਂ ਕਾਲਜ ਗਈ ਵਾਪਸ ਹੀ ਨਾ ਆਈ ਦੋ ਤਿੰਨ ਦਿਨ ਘਰ ਦੇ ਖੱਜਲ ਖੁਆਰ ਹੁੰਦੇ ਰਹੇ ਸਰਜੀਤ ਕੌਰ ਸਮਝ ਤਾਂ ਗਈ ਸੀ ਵੀ ਉਹ ਕਿੱਥੇ ਗਈ ਹੋ ਸਕਦੀ ਪਰ ਉਹ ਤਾਂ ਜਿਵੇਂ ਪੱਥਰ ਹੀ ਹੋ ਗਈ ਸੀ ਘਰ 'ਚ ਕਿਸੇ ਨੂੰ ਵੀ ਆਪਣੇ ਮਨ ਦੇ ਸ਼ੱਕ ਬਾਰੇ ਦੱਸਣ ਦਾ ਹਿਆ ਨਾ ਕਰ ਪਾਈ। ਉਹਨੇ ਕਦੀ ਨਹੀਂ ਸੋਚਿਆ ਸੀ ਕਿ ਰਮਨ ਕਦੀ ਇੰਜ ਵੀ ਕਰ ਸਕਦੀ ਹੈ। ਚੌਥੇ ਦਿਨ ਕਿਸੇ ਤੋਂ ਖਬਰ ਮਿਲੀ ਸੀ ਕਿ ਰਮਨ ਨੇ ਉਸ ਮੁੰਡੇ ਨਾਲ ਵਿਆਹ ਕਰਵਾ ਲਿਆ। ਪਰ ਉਹ ਇਹ ਨਾ ਪਿੰਡਾਂ ਤੋਂ ਦੂਰ ਕਿਤੇ ਗੁੰਮਨਾਮ ਰਹਿ ਰਹੇ ਸਨ। ਉਸ ਮੁੰਡੇ ਨੇ ਪੁਲਿਸ ਦੀ ਸੁਰੱਖਿਆ ਲੈ ਲਈ ਸੀ। ਰਮਨ ਦੇ ਘਰ ਵਾਲਿਆਂ ਨੇ ਪਿੰਡ ਦੇ ਕੁਝ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਮੁੰਡੇ ਵਾਲਿਆਂ ਦੇ ਘਰ ਤੱਕ ਵੀ ਪਹੁੰਚ ਕੀਤੀ। ਪਰ ਕਾਨੂੰਨੀ ਦਖਲਅੰਦਾਜ਼ੀ ਦੀ ਵਜ੍ਹਾ ਕਰਕੇ ਹੁਣ ਕੁਝ ਵੀ ਨਹੀਂ ਸੀ ਹੋ ਸਕਦਾ ਸਿਵਾਏ ਦੋਨਾਂ ਪਾਸਿਆਂ ਦੇ ਬੋਲ ਬੁਲਾਰੇ ਦੇ surjit kaur ਲਈ ਇਹ ਸਦਮਾ ਅਸਹਿ ਸੀ ਉਹਦਾ ਜੀ ਕਰਦਾ ਧਰਤੀ ਫਟ ਜਾਏ ਤੇ ਉਹ ਦੇ ਵਿੱਚ ਹੀ ਕਿਤੇ ਗਰਖ ਹੋ ਜਾਏ ਉਤੋਂ ਦੀ ਜਠਾਣੀ ਨੇ ਉਹਦਾ ਜੀਣਾ ਮੁਹਾਲ ਕਰ ਛੱਡਿਆ ਸੀ ਉਹਨੇ ਸਾਰੇ ਪਰਿਵਾਰ ਦੇ ਸਾਹਮਣੇ ਦੱਸਿਆ ਕਿ ਸ਼ਕਤਾਂ ਨੂੰ ਬਹੁਤ ਸਮੇਂ ਤੋਂ ਸੀ ਪਰ ਉਹਦੀ ਮਾਂ ਕਦੀ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦੀ ਕਿਹੜਾ ਮੰਦਾ ਬੋਲ ਸੀ ਜਿਹੜਾ ਉਹਨੇ surjit कौर ਨੂੰ ਨਹੀਂ ਸੀ ਬੋਲਿਆ ਇੱਕ ਦਿਨ ਤਾਂ ਖਬਰ ਲੈਣ ਆਏ ਮਹਿਮਾਨਾਂ ਦੇ ਸਾਹਮਣੇ ਉਹਨੇ ਮੂੰਹ ਭਰ ਕੇ ਇੱਥੋਂ ਤੱਕ ਆਖ ਦਿੱਤਾ ਭੈਣ ਜੀ ਦੁੱਧਾਂ ਤੇ ਬੁੱਧਾਂ ਜਾਂਦੀਆਂ ਨਹੀਂ ਅੱਖਾਂ ਕਿਤੇ ਮੇਰੀਆਂ ਧੀਆਂ ਨੇ ਅੱਖ ਚੁੱਕ ਕੇ ਵੀ ਕਿਸੇ ਵੱਲ ਵੇਖਿਆ ਹੋਵੇ ਅੱਜ ਰਾਣੀਆਂ ਬਣ ਕੇ ਰਾਜ ਕਰਦੀਆਂ ਨੇ ਆਪੋ ਆਪਣੇ ਘਰੇ ਉਹਦੀ ਜੇਠਾਣੀ ਦਾ ਇਲਾਜ ਵੀ ਮੇਰੇ ਕੋਲੋਂ ਹੀ ਚੱਲਦਾ ਸੀ ਮੈਨੂੰ ਵੀ ਸਭ ਤੋਂ ਪਹਿਲਾਂ ਉਹ ਹੀ ਦੱਸ ਕੇ ਗਈ ਸੀ ਕਿ ਤੁਹਾਨੂੰ ਕੁਝ ਪਤਾ ਲੱਗਿਆ ਰਮਨ ਨੇ ਕੀ ਚੰਦ ਚੜਾਇਆ ਦਵਾਈ ਲੈਣ ਨਾਲੋਂ ਜ਼ਿਆਦਾ ਕਾਲੀ ਉਹਨੂੰ ਇਹ ਖਬਰ ਮੇਰੇ ਕੰਨਾਂ 'ਚ ਪਾ ਦੇਣ ਦੀ ਸੀ surjeet कौर ਗਿੱਲੇ ਗੋਹੇ ਵਾਂਗ ਅੰਦਰੋਂ ਅੰਦਰੀ ਤੁਖ ਦੀ ਰਹਿੰਦੀ ਜਦ ਜੀ ਕਰਦਾ ਤਾਂ ਹਾਂ ਮਾਰ ਕੇ ਰੋ ਲੈਂਦੀ ਗੁਰਦੇਵ ਸਿੰਘ ਵੀ ਉਸੇ ਦੇ ਲਾਡ ਪਿਆਰ ਨੂੰ ਇਹ ਸਭ ਕਾਸੀਲੇ ਜ਼ਿੰਮੇਵਾਰ ਸਮਝਦਾ ਸੀ ਮਹੀਨਾ ਡੇਢ ਮਹੀਨਾ ਤਾ ਉਹ ਘਰੋਂ ਬਾਹਰ ਹੀ ਨਾ ਨਿਕਲੀ ਉਹਨੂੰ ਲੱਗਦਾ ਜਿਵੇਂ ਹਰ ਕਿਸੇ ਦੀਆਂ ਨਜ਼ਰਾਂ ਉਹਨੂੰ ਹੀ ਸਵਾਲ ਕਰਦੀਆਂ ਹੋਣ ਫਿਰ ਇੱਕ ਦਿਨ ਪਤਾ ਨਹੀਂ ਉਹਦੇ ਮਨ 'ਚ ਕੀ ਆਇਆ ਕਿ ਉਹ ਮੇਰੇ ਕੋਲ ਆਈ ਪਹਿਲਾਂ ਵੀ ਅਕਸਰ ਉਹ ਕਿਸੇ ਨਾ ਕਿਸੇ ਬਿਮਾਰੀ ਕਾਰਨ ਆਉਂਦੀ ਰਹਿੰਦੀ ਸੀ ਪਰ ਇਸ ਵਾਰ ਤਾਂ ਮੇਰੇ ਸਾਹਮਣੇ ਬੈਠੀ ਉਹਦੇ ਸਬਰ ਦਾ ਬੰਨ ਟੁੱਟ ਗਿਆ ਚੁੰਨੀ ਨਾਲ ਹੰਝੂ ਪੂੰਝਦੇ ਹੋਣੇ ਜਿੰਨੇ ਕੁ ਵੀ ਅਪਸ਼ਬਦ ਰਮਨ ਲਈ ਯਾਦ ਕੀਤੇ ਹੋਏ ਸੀ ਉਹ ਬੋਲੇ ਬੜੀ ਮੁਸ਼ਕਲ ਨਾਲ ਪਿਆਰ ਨਾਲ ਸਮਝਾ ਬੁਝਾ ਕੇ ਠੰਡਾ ਪਾਣੀ ਪਿਆ ਕੇ ਮੈਂ ਉਹਨੂੰ ਸ਼ਾਂਤ ਕੀਤਾ ਉਸ ਦਿਨ ਤਾਂ ਮੈਂ ਉਹਦੀ ਮਾਨਸਿਕ ਹਾਲਤ ਨੂੰ ਸਥਿਰ ਕਰਨ ਲਈ ਥੋੜੀ ਬਹੁਤੀ ਦਵਾਈ ਦਿੱਤੀ ਪਰੀ ਗਲਪਲੀਪਾਂ ਤੋਂ ਵੀ ਜਾਣਦੀ ਸੀ ਕਿ ਮੈਂ ਵੀ ਕਿ ਉਹਦੇ ਦੁੱਖ ਦਾ ਇਲਾਜ ਦਵਾਈ ਨਹੀਂ ਬਲਕਿ ਸਾਡਾ ਆਪਸੀ ਵਰਤਾਲਾਪ ਸੀ ਥੋੜੇ ਦਿਨਾਂ ਬਾਅਦ ਜਦੋਂ ਦੁਬਾਰਾ ਆਈ ਤਾਂ ਮੇਰੇ ਕੋਲ ਉਹਨੂੰ ਦੇਣ ਲਈ ਖਬਰ ਸੀ ਕਿ ਰਮਨ ਤੇ ਉਹਦਾ ਪਤੀ ਵਾਪਸ ਇਸੇ ਪਿੰਡ ਆਪਣੇ ਪਰਿਵਾਰ 'ਚ ਆ ਗਏ ਸਨ ਤੇ ਉਹਦੇ ਸਾਰੇ ਪਰਿਵਾਰ ਨੇ ਇਸ ਵਿਆਹ ਨੂੰ ਕਬੂਲ ਕਰ ਲਿਆ ਸੀ ਮੇਰੀ ਸਹਾਇਕ ਦਾ ਘਰ ਰਮਨ ਦੇ ਸਹੁਰੇ ਘਰ ਦੇ ਨੇੜੇ ਹੀ ਪੈਂਦਾ ਸੀ ਇਹ ਖਬਰ ਸੁਣ ਕੇ ਉਹਦੇ ਦਿਲ ਨੂੰ ਕੁਝ ਤਰਵਾਸ ਹੋਇਆ ਰਮਨ ਦੀ ਬਚਪਨ ਤੋਂ ਹੀ ਮੇਰੇ ਕੋਲੋਂ ਹੀ ਦਵਾਈ ਲੈਣਾ ਪਸੰਦ ਕਰਦੀ ਸੀ ਇਸ ਲਈ surjeet कौर ਨੂੰ ਆਸ ਸੀ ਕਿ ਹੁਣ ਵੀ ਕਦੀ ਲੋੜ ਪਈ ਤਾਂ ਮੇਰੇ ਕੋਲ ਹੀ ਆਏਗੀ ਹਰ ਵਾਰ ਪੁੱਛਦੀ ਕਿ ਆਈ ਨਹੀਂ ਰਮਨ ਕਦੇ ਤੇਰੇ ਕੋਲ ਉਹਦੇ ਮਨ 'ਚ ਰਮਨ ਲਈ ਜਿੰਨੀ ਕੁ ਵੀ ਕੋੜ-ਕੁੜਤਨ ਸੀ ਉਹ ਸ਼ਬਦਾਂ ਰਾਈ ਕੱਢ ਕੇ ਹੌਲੀ ਹੋ ਚੁੱਕੇ ਸੀ ਹੁਣ ਉਹ ਜਦ ਵੀ ਆਉਂਦੀ ਰਮਨ ਦੀਆਂ ਗੱਲਾਂ ਯਾਦ ਕਰਦੀ ਤੇ ਮੇਰੀ ਸਹਾਇਕ ਕੋਲੋਂ ਉਹਦੀ ਖੈਰ-ਸੁਖ ਪੁੱਛਦੀ ਰਹਿੰਦੀ ਕਿਵੇਂ ਦੀ ਦਿਖਦੀ ਹੈ ਮੇਰੀ ਰਮਨ ਹੱਥੀ ਚੂੜਾ ਤਾਂ ਪਾਇਆ ਹੋਣਾ ਉਹਨੇ ਲੀੜਾ ਲੱਤਾਂ ਕਿਹੋ ਜਿਹਾ ਪਾਉਂਦੀ ਐ ਸਸਤੇ ਨਣ ਦਾ ਕਿਹੋ ਜਿਹਾ ਵਿਹਾਰ ਕਰਦੀ ਆ ਉਸ ਨਾਲ ਹੌਲੀ-ਹੌਲੀ ਉਹ ਸਹਿਜ ਹੁੰਦੀ ਜਾਂਦੀ ਸੀ ਤੇ ਆਖਰ ਇੱਕ ਦਿਨ ਸੱਚਮੁੱਚ ਰਮਨ ਮੇਰੀ ਕਲੀਨਿਕ ਤੇ ਆਈ ਪਹਿਲਾਂ ਤਾਂ ਕੁਝ ਘਬराई ਤੇ ਸੈਮੀ ਜੀ ਮੇਰੇ ਨਾਲ ਸੰਖੇਪ ਜੀ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕਰਦੀ ਰਹੀ ਮੈਂ ਤਾਂ ਉਹਨੂੰ ਕੀ ਕਹਿਣਾ ਸੀ ਤੇ ਨਾ ਕੁਝ ਕਹਿਣਾ ਬਣਦਾ ਹੀ ਸੀ ਪਰ ਉਹਦੇ ਮਨ 'ਚ ਝਿਜਕ ਜ਼ਰੂਰ ਸੀ ਜਦੋਂ ਨੇ ਮੈਨੂੰ ਸਹਿਜ ਵੇਖਿਆ ਤਾਂ ਜਾਣ ਲੱਗਿਆ ਇਹ ਪੁੱਛਦੇ ਆ ਉਹਦੀ ਅੱਖਾਂ ਪਰਾਈਆਂ ਕਿ ਮੇਰੀ ਮੰਮੀ ਦਾ ਕੀ ਹਾਲ ਹੈ ਫਿਰ ਇੱਕ ਦਿਨ ਆਈ ਤੇ ਮੈਂ ਉਹਦਾ ਦਿਲ ਫਰੋਲਣ ਦੀ ਕੋਸ਼ਿਸ਼ ਕੀਤੀ ਉਹਨੂੰ ਇਹ ਸਭ ਕਾਸੇ 'ਚ ਮਾਪੇ ਛੁੱਟ ਜਾਣ ਦਾ ਦੁੱਖ ਤਾਂ ਸੀ ਪਰ ਆਪਣੇ ਫੈਸਲੇ ਤੇ ਪਛਤਾਵਾ ਨਹੀਂ ਸੀ ਉਹਦਾ ਕਹਿਣਾ ਸੀ ਕਿ ਵਿਆਹ ਇਸੇ ਤਰ੍ਹਾਂ ਹੀ ਹੋਣਾ ਸੀ ਉਹਦੇ ਲੱਖ ਮਨਾਉਣ ਤੇ ਵੀ ਘਰਦਿਆਂ ਨੇ ਨਹੀਂ ਸੀ ਮੰਨਣਾ ਤੇ ਉਹ ਆਪਣੇ ਦਿਲ ਦੇ ਹੱਥੋਂ ਮਜਬੂਰ ਸੀ surjit kaur ਦੇ sidhre ਜੇ ਮਨ ਚ ਅਜੀਬ ਜਿਉ ਉਢੇੜ ਬੁਣ ਚਲਦੀ ਰਹਿੰਦੀ ਉਜਾਦ ਵੀ ਮੇਰੇ ਕੋਲ ਆਉਂਦੀ ਮੈਨੂੰ ਕਹਿੰਦੀ ਤੂੰ ਭਲਾ ਗੱਲ ਤਾਂ ਕਰੇ ਉਹਦੇ ਨਾਲ ਜੇ ਆਪਣੀ ਗਲਤੀ ਮੰਨ ਲਵੇ ਆਖ ਦੇਵੇ ਕਿ ਮੁੰਡਾ ਤਾਂ ਮੈਨੂੰ ਬਰਗਲਾ ਕੇ ਲਿਆਇਆ ਸੀ ਮੈਂ ਰਮਨ ਦੇ ਡੈਡੀ ਨੂੰ ਕਹਿ ਕੇ ਦੋਵਾਂ ਪਿੰਡਾਂ ਦੇ ਸਰਪੰਚਾਂ ਨੂੰ ਵਿੱਚ ਪਾ ਕੇ ਲਿਖ ਲਿਖਾ ਕਰਕੇ ਖੜਾ ਛਡਵਾ ਲਵਾਂਗੇ ਉਸ ਮੁੰਡੇ ਤੋਂ ਉਹਦਾ ਭੋਲਾ ਮਨ ਸਰਪੰਚਾਂ ਨੂੰ ਹੀ ਸੁਪਰੀਮ ਕੋਰਟ ਸਮਝੀ ਬੈਠਾ ਸੀ ਮੇਰੇ ਲੱਖ ਸਮਝਾਉਣ ਤੇ ਵੀ ਕਿ ਜੇ ਮਾਮਲਾ ਅਦਾਲਤ ਵਿੱਚ ਵੀ ਲੈ ਜਾਓਗੇ ਤਾਂ ਵੀ ਬਾਲਗ ਹੋਣ ਕਰਕੇ ਇਸ ਰਿਸ਼ਤੇ ਚ ਦਖਲ ਅੰਦਾਜ਼ੀ ਨਹੀਂ ਕੀਤੀ ਜਾ ਸਕਦੀ ਉਹਦੇ ਮਨ ਚ ਵੀ ਲਾਲਸਾ ਨਹੀਂ ਜਾਂਦੀ ਸੀ ਉਹਨੇ ਅੱਗੇ ਉਹ ਕਹਿਣਾ ਕਿ ਅਦਾਲਤਾਂ ਚ ਕਿਹੜਾ ਕਿਸੇ ਨੇ ਵੇਖਣ ਆਉਣਾ ਸਾਡੇ ਪਿੰਡਾਂ ਚ ਤਾਂ ਪੰਚਾਂ ਸਰਪੰਚਾਂ ਦੀ ਹੀ ਚੱਲਣੀ ਜਿਨ੍ਹਾਂ ਦੇ ਅਸੀਂ ਨਿਤ ਮੂੰਹ ਮੱਥੇ ਲੱਗਣਾ ਉਹਨੇ ਕਈ ਉਦਾਹਰਨਾਂ ਦੇਣੀਆਂ ਉਹ ਬਾਰੀਆਂ ਦੀ ਨੌ ਦੀ ਵੀ ਤਾਂ ਪੰਚਾਇਤ ਵਿੱਚ ਹੀ ਲਿਖਤ ਹੋ ਗਈ ਸੀ ਅਦਾਲਤਾਂ ਨੂੰ ਕਿਹੜਾ ਪੁੱਛਦਾ ਇੱਥੇ ਇੱਕ ਵਾਰ ਉਹਨੇ ਦੱਸਿਆ ਕਿ ਉਹਦਾ ਰਮਨ ਨੂੰ ਮਿਲਣ ਦਾ ਬੜਾ ਹੀ ਜੀ ਕਰਦਾ ਪਰ ਘਰ ਦੇ ਵੱਲੋਂ ਸਖਤ ਹਦਾਇਤ ਸੀ ਕਿ ਜੇ ਉਹਨੇ ਕਦੀ ਰਮਨ ਨਾਲ ਕੋਈ ਸੰਪਰਕ ਰੱਖਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਹਨਾਂ ਤੋਂ ਬੁਰਾ ਕੋਈ ਨਹੀਂ ਹੋਏਗਾ ਚਾਹੁੰਦੀ ਹੋਈ ਵੀ ਉਹ ਮੇਰੇ ਕਲੀਨਿਕ ਦੇ ਸਦਕੇ ਉਹਨੂੰ ਮਿਲਣ ਦਾ ਹਿਆਨ ਅੰਕਾਰ ਪਾਈ ਕਿਉਂਕਿ ਉਹਦੇ ਪਿੰਡ ਦੀ ਹੋਰ ਵੀ ਲੋਕ ਉਹਦੇ ਹੁੰਦੇ ਆਂ ਕਈ ਵਾਰ ਮੇਰੇ ਕੋਲ ਆਉਂਦੇ ਰਹਿੰਦੇ ਹਾਂ ਪਰ ਅਸੀਂ ਦੋ ਮਾਮਾਵਾਂ ਧੀਆ ਦਾ ਸੁੱਖ ਸੁਨਿਆ ਜ਼ਰੂਰ ਇੱਕ ਦੂਜੇ ਤੱਕ ਪਹੁੰਚਾ ਦਿੰਦੀਆਂ ਸੀ ਇਸ ਵਾਰ ਰਮਨ ਜਦ ਮੇਰੇ ਕੋਲ ਚੈੱਕਅਪ ਲਈ ਆਈ ਤੋ ਉਹਦੀਆਂ ਸਭ ਰਿਪੋਰਟਾਂ ਨਾਰਮਲ ਦੇਖ ਕੇ ਮੈਂ ਉਹਨੂੰ ਬਹੁਤੀ ਦਵਾਈ ਨਾ ਖਾਣ ਜ਼ਰੂਰੀ ਪਰਹੇਜ਼ਾਂ ਤੇ ਖਾਣ ਪੀਣ ਸੰਬੰਧੀ ਹਦਾਇਤਾਂ ਦੇ ਕੇ ਭੇਜਿਆ। surjeet Kaur ਦਾ ਉਹੀ ਰੁਟੀਨ ਹਰ ਬੁੱਧਵਾਰ ਦੇ ਬੁੱਧਵਾਰ ਅੱਜ ਫੇਰ ਬੁੱਧਵਾਰ ਹੈ। ਫਿਰ ਤੋਂ ਦਵਾਈ ਲਿਖਾਉਣ ਤੋਂ ਬਾਅਦ ਉਹੀ ਸਵਾਲ ਤੂੰ ਪਹਿਲਾਂ ਗੱਲ ਕੀਤੀ ਸੀ ਉਹਦੇ ਨਾਲ ਪਰ ਇਸ ਵਾਰ ਉਹਦੇ ਆਪਣੇ ਸ਼ਬਦਾਂ ਚ ਦੇਣ ਲਈ ਮੇਰੇ ਕੋਲ ਉਹਦੀ ਗੱਲ ਦਾ ਜਵਾਬ ਸੀ। ਮੈਂ ਪਿਛਲੇ 2 ਦਿਨਾਂ ਤੋਂ ਜੱਦੀ ਰਮਨ ਮੇਰੇ ਕਲੀਨਿਕ ਤੋਂ ਹੋ ਕੇ ਗਈ ਸੀ। ਇਹੋ ਸੋਚ ਰਹੀ ਸੀ ਕਿ ਮੈਨੂੰ surjeet kaur ਨਾਲ ਇਹ ਗੱਲ ਸਾਂਝੀ ਕਰਨੀ ਵੀ ਚਾਹੀਦੀ ਹੈ ਕਿ ਨਹੀਂ ਆਪਣੇ ਮਨ ਦੀ ਆਵਾਜ਼ ਸੁਣ ਕੇ ਮੈਂ ਫੈਸਲਾ ਕਰ ਲਿਆ ਹੋਇਆ ਸੀ ਇਸ ਵਾਰ ਬਿਨਾਂ ਕਿਸੇ ਟਾਲਮ ਟੋਲ ਦੇ ਮੈਂ ਕਿਹਾ ਭੂਆ ਜੀ ਹੁਣ ਕੋਈ ਫਾਇਦਾ ਨਹੀਂ ਰਮਨ ਨਾਲ ਕੋਈ ਗੱਲ ਕਰਨ ਦਾ ਕਿਉਂਕਿ ਹੋਇਆ ਸੁਖਦਾ ਹੈ ਨਾ surjeet kaur ਨੇ ਚੰਬੇ ਜੈ ਨਾਲ ਮੇਰੇ ਵੱਲ ਵੇਖਿਆ ਸੁਖੀ ਹੈ ਭੂਆ ਜੀ ਹੁਣ ਤਾਂ ਰਮਨ ਦੀ ਜੜ ਲੱਗ ਚੁੱਕੀ ਹੈ ਉਸ ਘਰ ਚ ਇਸ ਤੋਂ ਬਾਅਦ ਨਾ ਮੇਰੇ ਕੋਲ ਕੋਈ ਗੱਲ ਸੀ ਉਹਨੂੰ ਕਹਿਣ ਵਾਸਤੇ ਤੇ ਨਾ ਹੀ ਉਹਦੇ ਕੋਲ ਉਪਾਰੇ ਜੇ ਮਨ ਨਾਲ ਚਲੀ ਗਈ ਅਗਲੇ ਹੀ ਦਿਨ ਉਹ ਕੱਲ ਮੇਰੇ ਵੱਲੋਂ ਲਿਖੇ ਟੈਸਟਾਂ ਦੀ ਰਿਪੋਰਟ ਦਿਖਾਉਣ ਦੇ ਬਹਾਨੇ ਫੇਰ ਆ ਗਈ ਜਾਂਦੀ ਹੋਈ ਨੇ ਆਪਣੇ ਥੱਲੇ 'ਚ ਇੱਕ ਪਾਰਦਰਸ਼ੀ ਲਿਫਾਫਾ ਕੱਢ ਕੇ ਮੇਰੇ ਵੱਲ ਵਧਾਂਦੇ ਹੋਏ ਕਿਆ ਕਿ ਆਹ ਰਮਨ ਨੂੰ ਦੇ ਦੇਵੀਂ ਮੇਰੇ ਵੱਲੋਂ ਮੈਂ ਲਿਫਾਫੇ ਨੂੰ ਖੋਲ ਕੇ ਦੇਖਿਆ ਉਹਦੇ 'ਚ ਗੋਟੇਦਾਰ ਕਿਨਾਰੀ ਵਾਲੀ ਗੋਟੇ ਪੱਤੀ ਦੀ ਕਢਾਈ ਵਾਲੀ ਸਤਾਰਿਆਂ ਜੜੀ ਸੰਧੂਰੀ ਚੁੰਨੀ ਦੇ ਨਾਲ 5100 ਰੁਪਏ ਦਾ ਸ਼ਗਨ ਵੀ ਸੀ ਸੁਰਜੀਤ ਕੌਰ ਨੇ ਜਾਂਦੇ ਜਾਂਦੇ ਇੱਕ ਵਾਰ ਪਿੱਛੇ ਮੁੜ ਕੇ ਵੇਖਿਆ ਤੇ ਮੈਨੂੰ ਆਖਿਆ ਉੰਜ ਤਾਂ ਤੁ ਆਪ ਸਿਆਣੀ ਐ ਰਮਨ ਨੂੰ ਕਹੀਂ ਕਿ ਪਰੰਪਰ ਬਹਿ ਕੇ ਕੱਪੜੇ ਨਾ ਧੋਇਆ ਕਰੇ ਤੇ ਭਾਰੀ ਬਾਲਟੀ ਨਾ ਚੁੱਕਿਆ ਕਰੇ ਧੰਨਵਾਦ